ਲੈਂਦੇ ਨਹੀਂ ਕੱਲ ਵਾਲੀ ਘਟਨਾ ਤੋਂ ਬਾਅਦ ਕਿਹਾ ਵੀ ਹੁਣ ਟਿਕ ਜਾ, ਪਹਿਲਾਂ ਵੀ ਬਹੁਤ ਕੁਛ ਕਰਦੇ ਤਾਂ ਉਹ ਬੈਠਾ ਮੇਰਾ ਪਿਓ ਰਾਤ ਦੀਆਂ ਗਾਲਾਂ ਦੇਈ ਜਾਂਦਾ, ਮਾਰ ਕੇ ਕਿਉਂ ਨਹੀਂ ਆਇਆ ਉਹਨਾਂ ਨੂੰ? ਮੈਂ ਕਿਵੇਂ ਮਾਰਦਾ, ਪੁਲਿਸ ਨੇ ਫੜ ਲਏ, ਹੁਣ ਮਾਰ ਦੂ ਮੈਂ ਬਾਹਰ ਆਇਆ ਨੂੰ ਕੋਈ ਗੱਲ ਪ੍ਰਵਾਹ ਨਾ ਕਰ, ਮਾਰ ਕੇ ਆਉਣੀ ਸੀ ਕਹਿੰਦਾ, ਬੈਠਾ ਰਹਿੰਦਾ ਅੰਦਰ ਕੀ ਫਰਕ ਪੈਂਦਾ ਸੀ ਜੇ ਇਹ ਮੈਨੂੰ ਕਹਿ ਸਕਣ ਟਿਕ ਜਾ ਮੈਂ ਟਿਕਣਾ ਜਾਵਾਂ, ਇਹਨਾਂ ਤੋਂ ਕੋਈ ਪ੍ਰਵਾਹ ਹੀ ਨਹੀਂ ਪਤੰਦਰਾਂ ਨੂੰ, ਮੈਂ ਲੱਗਣਾ ਘਰ ਘਰ ਇਹੋ ਜਿਹੇ ਮਾਪੇ ਹੁਣ ਇਹ ਖੁਸ਼ੀ। ਅੱਛਾ ਯਾਰ ਇੱਕ ਆਪਣੀਆਂ ਕੋਈ ਰਿੱਟਾਂ ਨਹੀਂ ਪਈਆਂ ਯਾਰ, ਪਹਿਲਾਂ ਕੇਸ ਦੀਆਂ ਯਾਰ ਕੋਈ ਰਿੱਟ ਨਹੀਂ ਪਈ ਯਾਰ, ਬਾਈ ਯਾਰ ਆਪਣੇ ਵਾਲਿਆਂ ਨਾਲ ਧੱਕਾ ਹੋਇਆ, ਆਪਣੇ ਕੰਧਾਂ ਟੱਪੀਆਂ, ਮੇਰੇ ਸੱਟਾਂ ਮਾਰੀਆਂ ਯਾਰ, ਇਹ ਗੱਲ ਤੁਸੀਂ ਮੇਰੇ ਪਿਓ ਨੂੰ ਪੁੱਛ ਲਓ ਚਾਹੇ ਯਾਰ, ਆਪਾਂ ਯਾਰ ਕੋਈ ਆਪਾਂ ਨੂੰ ਵਾਜਬ ਇਨਸਾਫ ਰਿੱਟੀ ਨਹੀਂ ਪਈ, ਇਨਸਾਫ ਕਿਵੇਂ ਮਿਲੂ ਜੇ ਰਿੱਟ ਪਈ ਹੁੰਦੀ ਇਹਨਾਂ 'ਤੇ, ਆਪਣੇ ਕੇਸ ਬਰੀ ਨਹੀਂ ਹੋਏ, ਤੁਹਾਨੂੰ ਇੱਕ ਗੱਲ ਦੱਸੋ ਕਿਹਾ ਕੇਸ ਬਰੀ ਹੋਏਗੇ ਹੈ ਨਾ, ਕੋਈ ਆਪਣੇ ਕੇਸ ਬਰੀ ਨਹੀਂ, ਆਪਣੇ ਤਰੀਕਾਂ ਪੈਂਦੀਆਂ, ਤਿੰਨ ਹੋਰ ਉਦੋਂ ਬਾਅਦ ਪਰਚੇ ਪਾਤੇ, ਹਜੇ ਇਸਤਗਾਸੇ ਲਾ ਰੱਖੇ ਨੇ, ਦੁਕਾਨਾਂ ਅਧੂਰੀ ਵਾਰ ਖੁੱਲ੍ਹ ਗਈਆਂ, ਅਤੇ ਆਪਾਂ ਯਾਰ ਧੰਨਵਾਦ ਕਰਦੇ ਹਾਂ ਉਹ ਪੰਜਾਬੀਆਂ ਦਾ ਜੋ ਜਾਗਦੀਆਂ ਜ਼ਮੀਰਾਂ ਵਾਲੇ ਨੇ, ਜੋ ਆਪਣੀ ਆਵਾਜ਼ ਦੂਰ ਤੱਕ ਪਹੁੰਚਾਉਂਦੇ ਨੇ, ਤੁਹਾਡੇ ਵਰਗੇ ਭਾਈਆਂ ਦਾ ਜਰਨਲਿਜ਼ਮ ਵਾਲੇ ਹਰੇਕ ਮੈਂ ਇੱਕ ਪੱਤਰਕਾਰ ਚੱਕ ਕੇ ਵਗ ਜਾਂਦਾ, ਕਿਸੇ ਦੀ ਭੈਣ ਕਿਸੇ ਦੀ ਕੁੜੀ ਦੇ ਰੌਲੇ 'ਚ ਕੋਈ ਕਿਵੇਂ ਹੋਇਆ ਕੀ ਹੋਇਆ, ਕੋਈ ਨੱਚ ਕੇ ਦਿਖਾਉਂਦੀ ਹੈ, ਕੋਈ ਗਾ ਕੇ ਦਿਖਾਉਂਦੀ ਹੈ, ਉਹਨਾਂ ਨੂੰ ਪ੍ਰਮੋਟ ਕਰਨ, ਜਰਨਲਿਜ਼ਮ ਸਿੱਖੋ ਤਾਂ ਇਹੋ ਜਿਹੇ ਲੋਕਾਂ ਤੋਂ ਸਿੱਖੋ ਜਿਹੜੇ ਤੁਹਾਨੂੰ, ਹੁਣ ਮੈਨੂੰ ਪਰਸੋਂ ਪਿੰਨ ਮਾਰ ਗਿਆ, ਹਾਂ ਕੀ ਹੈ ਕਿਹੜਾ ਜੱਸ, ਇਹ ਪਿੰਨ ਮਾਰ ਗਿਆ 4-5 ਦਿਨ ਪਹਿਲਾਂ, ਮੈਂ ਪਿੰਨ ਖਾ ਬੈਠਾ, ਮੈਂ ਚੱਲ ਠੰਡਾ ਕਹਿੰਦਾ ਗਰਮ ਹੋ ਜਾਂਦੇ ਹਾਂ, ਤੂੰ ਆਪਣੇ ਨੂੰ ਜਗਾਉਣਾ ਰਹਿਣਾ ਬਿੰਦੇ 'ਚ ਆਉਂਦੇ ਸੱਥਣ ਪੁੱਛਦਾ ਝੋਟਾ ਕੀ ਬਣਦਾ, ਝੋਟਾ ਕੀ ਬਣਦਾ ਨਾ, ਇੱਕ ਕੰਜਰ ਦੇ ਇਹ ਵਾਲੇ ਅਲਬੇ ਨੇ, ਸੀਰੇ ਹੋਰੀ ਲਾਲਾ, ਇਹ ਰੂਬੀ ਹੋਰੇ ਲਾਲਾ, ਇਹ ਕਹਿੰਦੇ ਆਪਾਂ ਤਾਂ ਫੜਨੀ ਫੜਨਾ ਕੁਛ ਮਰਜ਼ੀ ਹੋ ਜਾਏ, ਇਹਦੇ ਨਾਲ ਗੱਲ ਹੋਈ ਸੀ ਮੇਰੀ ਕਈ ਦਿਨ ਪਹਿਲਾਂ, ਮੈਂ ਕਿਹਾ ਯਾਰ ਝੋਟਾ ਕਹਿੰਦਾ ਠੰਡਾ ਪੈ ਗਿਆ ਨੇ ਮੈਨੂੰ, ਐਂ ਆਖਿਆ ਇਹ ਤਾਂ ਊਂ ਮਰੀ ਜਾਂਦਾ, ਠੰਡਾ ਕਹਿਣਾ ਪੈ ਗਿਆ, ਮੈਂ ਥੱਬਾ ਬੀ ਪੀ ਦਾ ਖਾਣਾ ਦੱਸ ਦਿੰਦਾ, ਮੇਰਾ ਤਾਂ ਡਾਕਟਰ ਜਾ ਕਹਿੰਦਾ ਤੂੰ ਮਰੇਗਾ, ਗੋਲੀ ਨਾ ਖਾਧੀ, ਮਹਾਂ ਯਾਰ ਚੱਲ ਮਰੀ ਜਾਵਾਂ, ਮੈਨੂੰ ਤਾਂ ਖੰਡ ਖੁੰਡ ਬੰਦ ਕਰਾਤੀ, ਮੈਂ ਤਾਂ ਘਿਓ ਬੰਦ ਕਰਾਤਾ, ਸਾਗ ਮੈਂ ਮੇਰੇ ਪਤੀਲਾ ਖਾਂਦਾ ਹੁੰਦਾ, ਦੋ ਵਾਰ ਸਾਗ ਬਣਾਇਆ ਮੈਂ ਤਾਂ ਰਾਤ ਖਾ ਲਿਆ, ਮਹਾਂ ਕੁਛ ਨਹੀਂ ਹੁੰਦਾ, ਮਰ ਗਏ ਭੈਣ ਨਹੀਂ ਮਿਲਾ ਗਿਆ, ਗੋਲੀ ਵੱਜੇ ਫਿਰ ਵਧੀਆ, ਜੇਲ੍ਹ 'ਚ ਆ ਕੇ ਟੈਨਸ਼ਨ ਹੋ ਗਈ ਸੀ ਤਾਂ ਬੀਪੀ ਨੂੰ ਐਂ ਹੋ ਗਿਆ, ਟੈਨਸ਼ਨ ਕਾਹਦੀਆਂ ਜੇਲ੍ਹ 'ਚ ਤਾਂ ਨਜ਼ਾਰਾ ਸੀ, ਫਿਰ ਭੇਜ ਦੇਣ ਉੱਥੇ ਵਧੀਆ ਪਾਠ ਪਾਣੀ ਬਾਈ ਨਾਲ, ਟੈਨਸ਼ਨ ਯਾਰ ਆਈ ਨਸ਼ੇ ਦੀ ਹੋ ਜਾਂਦੀ ਯਾਰ, ਵੀ ਜਦੋਂ ਕੋਈ ਮੈਨੂੰ ਮਾਂ ਆ ਕੇ ਕਹਿੰਦੀ ਨਾ ਮੈਨੂੰ ਯਾਰ, ਜਦੋਂ ਕੋਈ ਆ ਕੇ ਮੇਰੇ ਬਾਰ 'ਚ ਐਂ ਕਹਿ ਦਿੰਦਾ ਯਾਰ ਬਾਈ ਨਸ਼ਾ ਵਿਕੀ ਜਾਂਦਾ ਯਾਰ, ਫਿਰ ਮੈਨੂੰ ਐਂ ਹੁੰਦਾ ਵੀ ਇਹ ਲੋਕ ਮੈਨੂੰ ਕਹਿੰਦੇ ਨੇ ਮੈਂ ਕਿਵੇਂ ਹਟਾਵਾਂ, ਮੈਂ ਕਿਵੇਂ ਗਲ ਫੜਾਂ, ਮੈਂ ਗਲ ਪੱਟਦਾ ਨਸ਼ੇ ਵਾਲੇ ਦਾ, ਪੁਲਿਸ ਵਾਲਿਆਂ ਨੂੰ ਫੋਨ ਕਰਦਾ, ਸਹੁੰ ਲੱਗੇ ਉਹ ਗੁਰਦੁਆਰੇ, ਮੈਂ ਇਹਨੇ ਫੋਨ ਕਰਦਾ ਬਾਈ ਫੜ ਲਓ ਏ, ਬਾਈ ਫੜ ਲਓ ਏ, ਮੈਂ ਫੜਵਾਉਣਾ, ਕੋਈ ਉਹਨਾਂ ਦਾ ਰਿਐਕਸ਼ਨ ਨਹੀਂ, ਕੋਈ ਉਹਨਾਂ ਦਾ ਜਵਾਬ ਨਹੀਂ ਯਾਰ, ਫਿਰ ਮੇਰਾ ਮੈਨੂੰ ਯਾਰ ਇਹ ਪਤਾ ਕੀ ਹੁੰਦੀ ਹੈ, ਜੇਲ੍ਹ 'ਚ ਦੇ ਦਿੰਦੇ ਨੇ ਕੁਛ ਜਿਹੜਾ ਨਾ ਖਰੀਦਿਆ ਜਾਵੇ ਕਿਹਾ ਜਾਵੇ, ਹੁਣ ਪਤਾ ਲੱਗੂ ਆਉਣ ਵਾਲੇ 2 ਮਹੀਨਾ ਜੇ ਮਰਕਰੀ ਮੁਰਕਰੀ ਦਿੱਤਾ ਹੋਇਆ, ਪਰ ਆਪਾਂ ਉਦੋਂ ਪਹਿਲਾਂ ਗੋਲੀ ਖਾ ਕੇ ਮਰਾਂਗੇ, ਐਂ ਨਹੀਂ ਮਰਦੇ ਗੱਲ। ਅੱਜ ਪੁਲਿਸ ਵੱਲੋਂ ਮਾਨਸਾ ਪੁਲਿਸ ਵੱਲੋਂ ਲੰਗਰ ਲਗਾਇਆ ਗਿਆ ਮਾਘੀ ਦੀ ਖੁਸ਼ੀ ਦੇ ਵਿੱਚ, ਚਿੱਟੇ ਦਾ, ਚਿੱਟੇ ਦਾ ਕਿੱਥੇ, ਚਿੱਟੇ ਦਾ ਕਿ ਕੈਪਸੂਲਾ ਲੰਗਰ, ਕੈਂਚੀਆਂ ਤੇ ਪ੍ਰਸ਼ਾਦੇ ਦਾ, ਕਿਹਦੇ ਤੋਂ ਪੈਸੇ ਲੈ ਕੇ, ਆਪਦੀ ਜੇਬ 'ਚੋਂ ਕਿ ਮੈਡੀਕਲਾਂ ਤੋਂ, ਚਿੱਟਾ ਵੇਚਣ ਵਾਲਿਆਂ ਤੋਂ, ਪੁਲਿਸ ਦਾ ਕੰਮ ਲੰਗਰ ਲਾਉਣਾ, ਦੱਸੋ ਮੈਨੂੰ ਤੂੰ ਜਰਨਲ ਜਪੜਿਆ ਪੁਲਿਸ ਦਾ ਕੰਮ ਲੰਗਰ ਲਾਉਣਾ, ਲਾਅ ਐਂਡ ਆਰਡਰ ਦਾ ਖਿਆਲ ਰੱਖਣਾ, ਕਾਨੂੰਨ ਸਾਜੀ ਕਰਨਾ, ਲੰਗਰ ਲਾਉਣ ਦਾ ਸਿੱਖੀ ਬਥੇਰੇ ਨੇ,